25 ਜੂਨ ਸਵੇਰੇ 7:30 ਵਜੇ ਤਿੰਨ ਬੱਚੇ ਘਰੋਂ ਟਿਊਸ਼ਨ ਲਈ ਜਾਂਦੇ ਨੇ। 11:30 ਤੱਕ ਉਹ ਬੱਚੇ ਰੋਜ਼ਾਨਾ ਦੀ ਤਰ੍ਹਾਂ ਵਾਪਸ ਆ ਜਾਂਦੇ ਆ, ਪਰ ਜਦੋਂ ਇਹ ਬੱਚੇ ਵਾਪਸ ਨਹੀਂ ਆਉਂਦੇ ਤਾਂ ਪਰਿਵਾਰ ਵਾਲਿਆਂ ਨੂੰ ਚਿੰਤਾ ਹੋਣ ਲੱਗਦੀ ਆ। ਪਰਿਵਾਰ ਵਾਲੇ ਟਿਊਸ਼ਨ ਸੈਂਟਰ ਦੇ ਵਿੱਚ ਸੰਪਰਕ ਕਰਦੇ ਆ ਤਾਂ ਪਤਾ ਲੱਗਦਾ ਵੀ ਅੱਜ ਤਾਂ ਟਿਊਸ਼ਨ ਸੈਂਟਰ ਦੇ ਵਿੱਚ ਛੁੱਟੀ ਸੀਗੀ, ਕਹਿੰਦੇ ਵੀ ਇਹਦੇ ਬਾਰੇ ਬੱਚਿਆਂ ਨੂੰ ਦੱਸਿਆ ਹੋਇਆ ਸੀਗਾ। ਤਾਂ ਪਰਿਵਾਰ ਵਾਲੇ ਚਿੰਤਤ ਹੋ ਜਾਂਦੇ ਆ ਵੀ ਬੱਚਿਆਂ ਦੀ ਉਮਰ ਜਿਹੜੀ ਆ, ਇੱਕ ਜਿਹੜਾ ਸਭ ਤੋਂ ਵੱਡਾ ਉਹਦੀ ਉਮਰ 12 ਸਾਲ ਹੈ, ਉਹ ਸਿਆਣਾ, ਉਹਨੇ ਵੀ ਨਹੀਂ ਦੱਸਿਆ ਵੀ ਅੱਜ ਟਿਊਸ਼ਨ ਦੀ ਛੁੱਟੀ ਆ। ਇਹ ਤਿੰਨੋਂ ਜਾਣੇ 7:30 ਵਜੇ ਨਿਕਲ ਅਤੇ ਨਿਕਲ ਕਿੱਥੇ ਗਏ? ਇਹ ਹੁਣ ਤੱਕ ਘਰ ਕਿਉਂ ਨਹੀਂ ਆਏ? ਜੇ ਇਹਨਾਂ ਨੂੰ ਛੁੱਟੀ ਸੀਗੀ ਤਾਂ ਇਹਨਾਂ ਨੂੰ ਪਹਿਲਾਂ ਹੀ ਦੱਸ ਦੇਣਾ ਚਾਹੀਦਾ ਸੀਗਾ ਵੀ ਅੱਜ ਸਾਡੀ ਟਿਊਸ਼ਨ ਦੇ ਵਿੱਚ ਸਾਡੀ ਛੁੱਟੀ ਆ। ਖੈਰ, ਘਰਦਿਆਂ ਨੇ ਇਹਦੀ ਕੰਪਲੇਂਟ ਜਿਹੜੀ ਆ ਉਹ ਪੁਲਿਸ ਨੂੰ ਕੀਤੀ ਵੀ ਸਾਡੇ ਤਿੰਨ ਬੱਚੇ ਜਿਹੜੇ ਆ ਉਹ ਘਰੋਂ ਪੜ੍ਹਨ ਵਾਸਤੇ ਗਏ ਸੀ ਅਤੇ ਆਹ ਹੁਣ ਦੁਪਹਿਰ ਦਾ ਵੇਲਾ ਹੋ ਗਿਆ, ਇਹ ਬੱਚੇ ਘਰ ਵਾਪਸ ਨਹੀਂ ਆਏ, ਸਾਨੂੰ ਬੜੀ ਚਿੰਤਾ ਹੋ ਰਹੀ ਆ। ਪੁਲਿਸ ਨੇ ਵੀ ਤੁਰੰਤ ਕਾਰਵਾਈ ਕਰਦਿਆਂ ਸਾਰੇ ਸ਼ਹਿਰ ਦੇ ਵਿੱਚ ਹਾਈ ਅਲਰਟ ਕਰ ਦਿੱਤਾ। ਹਾਈ ਅਲਰਟ ਕਰਨ ਤੋਂ ਬਾਅਦ ਉਹਨਾਂ ਨੇ ਟੀਮਾਂ ਬਣਾ ਕੇ ਜਿਹੜੇ ਕੈਮਰੇ ਸੀਗੇ ਉਹ ਖੰਗਾਲਣੇ ਸ਼ੁਰੂ ਕਰ ਦਿੱਤੇ, ਬਈ ਦੇਖੋ CCTV ਕੈਮਰੇ ਖੰਗਾਲੋ, ਇਹ ਬੱਚੇ ਕਿੱਧਰੋਂ ਗਏ, ਕਿੱਧਰ ਗਏ ਅਤੇ ਹੁਣ ਇਸ ਵੇਲੇ ਕਿੱਥੇ ਹੋ ਸਕਦੇ ਆ। ਇਹ ਦਰਅਸਲ ਸਾਰਾ ਮਾਮਲਾ ਰਾਜਸਥਾਨ ਦੇ ਸ਼ਹਿਰ ਬਾੜਮੇਰ ਤੋਂ ਸਾਹਮਣੇ ਆਇਆ, ਜਿੱਥੇ ਸ਼ਾਸਤਰੀ ਨਗਰ ਦੇ ਵਿੱਚ ਰਹਿਣ ਵਾਲੀ ਇੱਕ ਜਿਹੜੀ ਭੈਣ ਆ ਉਹਦਾ 12 ਸਾਲਾਂ ਦਾ ਭਰਾ ਉਹਦੇ ਕੋਲ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਆ ਜਾਂਦਾ। ਹੁਣ ਇਹ ਆਪਣੀ ਜਿਹੜੀ ਭੈਣ ਕੋਲ ਜਦੋਂ ਆਉਂਦਾ ਹੈ 12 ਸਾਲ ਦਾ ਉਹਦਾ ਛੋਟਾ ਭਰਾ, ਤਾਂ ਇਸ ਭੈਣ ਦੇ ਜਿਹੜੇ ਦੋ ਬੱਚੇ ਆ, ਇੱਕ ਦਾ ਨਾਮ ਵਿਕਰਮ ਹੈ ਜਿਹਦੀ ਉਮਰ 7 ਸਾਲ ਹੈ, ਅਤੇ ਇੱਕ ਇਹਦੀ ਬੇਟੀ ਹੈ 5 ਸਾਲ ਦੀ ਕੋਮਲ। ਇਹ ਦੋਵੇਂ ਭੈਣ ਭਰਾ ਸ਼ਹਿਰ ਦੇ ਵਿੱਚ ਹੀ ਇੱਕ ਟਿਊਸ਼ਨ ਦੇ ਵਿੱਚ ਜਾਂਦੇ ਹੁੰਦੇ ਸੀ, ਉੱਥੇ ਪੜ੍ਹਾਈ ਕਰਦੇ ਸੀ, ਅੱਜ ਕੱਲ੍ਹ ਸਮਰ ਕੈਂਪ ਦਾ ਵੀ ਰਿਵਾਜ਼ ਚੱਲਿਆ ਹੋਇਆ। ਇਹ ਲੜਕੀ ਕੀ ਕਰਦੀ ਆ, ਇਹ ਆਪਣੇ 12 ਸਾਲ ਦੇ ਭਰਾ ਨੂੰ ਇਹਨਾਂ ਦੇ ਨਾਲ ਜਿਹੜਾ ਉਹ ਟਿਊਸ਼ਨ ਸੈਂਟਰ ਭੇਜਣਾ ਸ਼ੁਰੂ ਕਰ ਦਿੰਦੀ ਆ। ਹੁਣ ਜਿਹੜਾ ਇਹਦਾ ਭਰਾ ਵਾ ਇਹਨੂੰ ਵੀ ਗਰਮੀਆਂ ਦੀਆਂ ਛੁੱਟੀਆਂ ਹੋਈਆਂ ਹੋਈਆਂ ਸਕੂਲ, ਇਹ ਕਹਿੰਦਾ ਵੀ ਮੈਂ ਉੱਥੋਂ ਬਚਦਾ ਅਤੇ ਭੈਣ ਕੋਲ ਆਇਆ, ਇੱਥੇ ਵੀ ਉਹ ਕੰਮ ਸ਼ੁਰੂ ਹੋ ਗਿਆ, ਇਹਨਾਂ ਨੇ ਇੱਥੇ ਵੀ ਮੈਨੂੰ ਜਿਹੜਾ ਵਾ ਉਹ ਟਿਊਸ਼ਨ ਸੈਂਟਰ 'ਚ ਭੇਜ ਦਿੱਤਾ। ਹੁਣ ਇਸ 12 ਸਾਲਾਂ ਦਾ ਜਿਹੜਾ ਭਰਾ ਹੈ ਇਹਨੂੰ ਪਤਾ ਵੀ ਅੱਜ ਟਿਊਸ਼ਨ ਸੈਂਟਰ ਦੇ ਵਿੱਚ ਛੁੱਟੀ ਆ, ਅਤੇ ਇਹ ਇਹਨਾਂ 'ਚ ਵੱਡਾ ਹੋਣ ਕਰਕੇ ਇਹ ਆਪਣੇ ਭਾਣਜੇ ਨੂੰ ਅਤੇ ਭਾਣਜੀ ਨੂੰ ਨਾਲ ਲੈ ਕੇ ਘੁੰਮਣ ਨਿਕਲ ਜਾਂਦਾ। ਹੁਣ ਇਹਨੂੰ ਇਹ ਨਹੀਂ ਪਤਾ ਲੱਗਦਾ ਵੀ ਜਾਣਾ ਕਿੱਥੇ ਆ, ਕਿੱਥੇ ਸ਼ਹਿਰ ਦੇ ਵਿੱਚ ਕੋਈ ਥਾਂ ਵਾ, ਕੋਈ ਪਾਰਕ ਹੈ ਜਾਂ ਕੋਈ ਜਿਹੜਾ ਹੋਰ ਕੋਈ ਇਹੋ ਜਿਹਾ ਕੋਈ ਪ੍ਰਬੰਧ ਬਣਿਆ ਹੋਵੇ, ਕੋਈ ਮੰਦਰ ਗੁਰਦੁਆਰਾ ਹੋਵੇ, ਚਲੋ ਬੰਦਾ ਕਹਿੰਦਾ ਵੀ ਉੱਥੇ ਘੁੰਮ ਆਉਂਦੇ ਆ। ਇਹ ਆਪਣੇ 7 ਸਾਲ ਦੇ ਭਾਣਜੇ ਅਤੇ 5 ਸਾਲ ਦੀ ਭਾਣਜੀ ਨੂੰ ਲੈ ਕੇ ਰੇਲਵੇ ਸਟੇਸ਼ਨ 'ਤੇ ਚਲਾ ਜਾਂਦਾ, ਉੱਥੋਂ ਇਹ ਗੱਡੀ 'ਚ ਬਹਿ ਜਾਂਦਾ, ਉੱਥੇ ਇੱਕ ਗੱਡੀ ਆ ਜਾਂਦੀ ਆ। ਹੁਣ ਇਹਨੂੰ ਬਿਲਕੁਲ ਨਹੀਂ ਪਤਾ ਵੀ ਇਹ ਗੱਡੀ ਨੇ ਕਿੱਥੇ ਜਾਣਾ, ਕਿੱਥੇ ਨਹੀਂ ਜਾਣਾ। ਜਦੋਂ ਇਹ ਤਿੰਨੋਂ ਜਾਣੇ ਟ੍ਰੇਨ ਦੇ ਵਿੱਚ ਚੜ੍ਹ ਜਾਂਦੇ ਆ ਤਾਂ ਫਿਰ ਇਹਨਾਂ ਨੂੰ ਪਤਾ ਲੱਗਦਾ ਵੀ ਇਹ ਗੱਡੀ ਜਿਹੜੀ ਆ ਇਹ ਤਾਂ ਐਕਸਪ੍ਰੈਸ ਟ੍ਰੇਨ ਆ, ਇਹ ਤਾਂ ਛੋਟੇ ਸਟੇਸ਼ਨਾਂ 'ਤੇ ਰੁਕਦੀ ਨਹੀਂ, ਇਹਨੇ ਤਾਂ ਵੱਡੇ ਸਟੇਸ਼ਨਾਂ 'ਤੇ ਰੁਕਣਾ। ਫਿਰ ਇਹ ਕਿਸੇ ਦੇ ਮੂੰਹੋਂ ਸੁਣਦਾ ਵੀ ਇਹ ਗੱਡੀ ਜਿਹੜੀ ਆ ਇਹ ਜੋਧਪੁਰ ਜਾ ਕੇ ਰੁਕੇਗੀ। ਹੁਣ ਬਾੜਮੇਰ ਤੋਂ ਜੋਧਪੁਰ ਦਾ ਜਿਹੜਾ ਸਫ਼ਰ ਆ ਉਹ 197 ਕਿਲੋਮੀਟਰ ਦਾ, ਲਗਭਗ 2.5-3 ਘੰਟੇ ਦਾ ਇਹ ਸਫ਼ਰ ਹੈ। ਚਲੋ ਇਹ ਉੱਥੇ ਪਹੁੰਚ ਜਾਂਦੇ ਆ, ਜਦੋਂ ਤੱਕ ਇਹ ਜੋਧਪੁਰ ਪਹੁੰਚਦੇ ਆ ਤਾਂ ਉਸ ਵਕਤ ਪੂਰੇ ਰਾਜਸਥਾਨ ਦੇ ਵਿੱਚ ਹਾਈ ਅਲਰਟ ਹੋ ਚੁੱਕਾ ਹੁੰਦਾ ਵੀ ਤਿੰਨ ਬੱਚੇ ਜਿਹੜੇ ਆ ਉਹ ਘਰੋਂ ਟਿਊਸ਼ਨ ਗਏ ਆ ਅਤੇ ਵਾਪਸ ਨਹੀਂ ਮੁੜੇ। ਉੱਥੇ ਜੋਧਪੁਰ ਸਟੇਸ਼ਨ, ਕਿਉਂਕਿ ਵੱਡਾ ਸਟੇਸ਼ਨ ਆ, ਵੱਡਾ ਸ਼ਹਿਰ ਆ, ਉੱਥੇ ਇੱਕ ਹੋਰ ਗੱਡੀ ਆ ਜਾਂਦੀ ਆ, ਕਾਲਕਾ ਐਕਸਪ੍ਰੈਸ, ਜਿਹੜੀ ਵਾਇਆ ਬਠਿੰਡਾ ਕਾਲਕਾ ਜਾਂਦੀ ਆ। ਇਹ ਬੱਚੇ ਉੱਥੇ ਚੜ੍ਹ ਜਾਂਦੇ ਆ। ਹੁਣ ਇਹ ਵੀ ਗੱਡੀ ਜਿਹੜੀ ਆ ਇਹ ਵੀ ਐਕਸਪ੍ਰੈਸ ਟ੍ਰੇਨ ਆ। ਇਹ ਗੱਡੀ ਦਾ ਜਿਹੜਾ ਸਟੋਪੇਜ ਆ ਉਹ ਆ ਨਗੌਰ, ਅਤੇ ਨਗੌਰ ਤੋਂ ਬਾਅਦ ਆਉਂਦਾ ਪੰਜਾਬ ਦਾ ਸ਼ਹਿਰ ਬਠਿੰਡਾ, ਉਹ ਤੋਂ ਵਿਚਕਾਰ ਇਹਦੇ ਕੋਈ ਗੱਡੀ ਹੈ ਰੁਕਦੀ ਨਹੀਂ। ਇਸੇ ਦੌਰਾਨ ਜਦੋਂ ਪੁਲਿਸ ਜਿਹੜੀ ਆ, ਕਿਉਂਕਿ ਇਹਨਾਂ ਦੀਆਂ ਜਿਹੜੀਆਂ ਫੋਟੋਆਂ ਵਾ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋਣੀਆਂ ਸ਼ੁਰੂ ਹੋ ਜਾਂਦੀਆਂ, ਸਾਰੇ ਬੱਸ ਸਟੈਂਡ, ਸਾਰੇ ਰੇਲਵੇ ਸਟੇਸ਼ਨ,
ਰਾਜਸਥਾਨ ਪੁਲਿਸ ਕੰਘਾਲਣਾ ਸ਼ੁਰੂ ਕਰ ਜਾਂਦੀ ਆ, ਕਿਉਂਕਿ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਵੀ ਤਿੰਨ ਬੱਚੇ ਦਿਨ ਦਿਹਾੜੇ ਜਿਹੜੇ ਆ ਉਹ ਕਿੱਥੇ ਗਾਇਬ ਹੋ ਗਏ, ਕਿੱਥੇ ਚਲੇ ਗਏ। ਇਸੇ ਦੌਰਾਨ ਜਦੋਂ ਇਹ ਕਾਲਕਾ ਐਕਸਪ੍ਰੈਸ ਨਾਗੌਰ ਸਟੇਸ਼ਨ 'ਤੇ ਪਹੁੰਚਦੀ ਆ ਤਾਂ ਫਿਰ ਪੁਲਿਸ ਵਾਲੇ ਪੂਰੀ ਮੁਸਤੈਦੀ ਦੇ ਨਾਲ ਗੱਡੀ ਦੇ ਵਿੱਚ ਛਾਨਬੀਨ ਸ਼ੁਰੂ ਕਰ ਦਿੰਦੇ ਆ, ਗੱਡੀ ਕੁਛ ਚਿਰ ਰੁਕਾ ਵੀ ਲੈਂਦੇ ਆ। ਤਾਂ ਇਸੇ ਦੌਰਾਨ ਇਹ ਤਿੰਨ ਬੱਚੇ ਜਿਹੜੇ ਆ ਇਹਨਾਂ ਨੂੰ ਲੱਭ ਜਾਂਦੇ ਆ। ਜਦੋਂ ਇਹਨਾਂ ਨੂੰ ਲੱਭਦੇ ਆ ਫਿਰ ਇਹਨਾਂ ਨੂੰ ਗੱਡੀ 'ਚੋਂ ਲਾਇਆ ਜਾਂਦਾ, ਪੁੱਛਿਆ ਜਾਂਦਾ ਵੀ ਕੀ ਚੱਕਰ ਪੈ ਗਿਆ। ਤਾਂ ਜਿਹੜਾ ਇਹ 12 ਸਾਲਾਂ ਦਾ ਭਰਾ ਵਾ ਇਹ ਕਹਿੰਦਾ ਵੀ ਦਰਅਸਲ ਮੇਰਾ ਜੀ ਨਹੀਂ ਸੀ ਲੱਗ ਰਿਹਾ, ਵੀ ਮੈਂ ਆਪਣੇ ਘਰੋਂ ਭੈਣ ਕੋਲ ਇਸ ਕਰਕੇ ਆਇਆ ਸੀਗਾ ਵੀ ਗਰਮੀਆਂ ਦੀਆਂ ਛੁੱਟੀਆਂ ਵਾ, ਕੁਛ ਦਿਨ ਛੁੱਟੀਆਂ ਮਨਾਵਾਂਗੇ, ਆਰਾਮ ਕਰਾਂਗੇ। ਅਤੇ ਇੱਥੇ ਵੀ ਇਹਨਾਂ ਨੇ ਮੈਨੂੰ ਟਿਊਸ਼ਨ ਭੇਜਣਾ ਸ਼ੁਰੂ ਕਰ ਦਿੱਤਾ ਅਤੇ ਨਾਲ ਮੇਰੇ ਵਿਕਰਮ ਸੀ ਜਿਹੜਾ ਮੇਰਾ ਭਾਣਜਾ ਲੱਗਦਾ ਅਤੇ ਨਾਲ ਕੋਮਲ 5 ਸਾਲ ਦੀ, ਅਤੇ ਮੈਂ ਇਹਨਾਂ ਨੂੰ ਲੈ ਕੇ ਘੁੰਮਣ ਨਿਕਲ ਗਿਆ। ਖੈਰ ਇਹ ਜਿਹੜੇ ਬੱਚੇ ਆ ਇਹ ਸਹੀ ਸਲਾਮਤ ਜਿਹੜੇ ਆ ਬਰਾਮਦ ਕਰ ਲਏ ਗਏ ਆ। ਇਹ ਸਾਰੇ ਕੇਸ ਦੇ ਵਿੱਚ ਜਿਹੜੀ ਰਾਜਸਥਾਨ ਪੁਲਿਸ ਆ ਉਹਨਾਂ ਨੇ ਪੂਰੀ ਮੁਸਤੈਦੀ ਦਿਖਾਈ, ਕਿਉਂਕਿ ਜਿੱਦਾਂ ਹੀ ਉਹਨਾਂ ਨੂੰ ਇਹ ਗੱਲ ਪਤਾ ਲੱਗਦੀ ਆ ਵੀ 3 ਬੱਚੇ ਗਾਇਬ ਆ, ਉਹ ਜਦੋਂ ਅਲਰਟ ਅਨਾਊਂਸ ਕਰ ਦਿੰਦੇ ਆ ਵੀ ਦੇਖੋ ਬੱਚੇ ਖੰਗਾਲੋ, ਤਾਂ ਇਸੇ ਦੌਰਾਨ ਇਹ ਸਾਰੀ CCTV ਫੁਟੇਜ ਜਦੋਂ ਖੰਗਾਲਦੇ ਆ ਬੱਸ ਸਟੈਂਡ ਦੀ ਸਟੇਸ਼ਨ ਦੀ, ਤਾਂ ਆਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਰੇਲਵੇ ਸਟੇਸ਼ਨ ਦੀ ਆ ਜੋਧਪੁਰ ਦੀ, ਜਿੱਥੇ ਇਹ 3 ਬੱਚੇ ਜਿਹੜੇ ਆ ਸਟੇਸ਼ਨ ਦੇ ਅੰਦਰ ਜਾਂਦੇ ਦਿਖਾਈ ਦੇ ਰਹੇ ਆ। ਇਹ ਤੋਂ ਬਾਅਦ ਫਿਰ ਹਰ ਗੱਡੀ ਜਿਹੜੀ ਜੋਧਪੁਰ ਤੋਂ ਲੰਘੀ ਆ, ਚਾਹੇ ਉਹ ਇੱਧਰ ਪੰਜਾਬ ਵੱਲ ਨੂੰ ਆਈ ਅਤੇ ਚਾਹੇ ਉਹ ਫਿਰ ਰਾਜਸਥਾਨ ਵੱਲ ਨੂੰ ਗਈ ਅੰਦਰ ਨੂੰ, ਇਹ ਸਾਰੀਆਂ ਗੱਡੀਆਂ ਰੋਕਦੇ ਆ, ਸਾਰੀਆਂ ਗੱਡੀਆਂ ਦੀਆਂ ਤਲਾਸ਼ੀਆਂ ਲੈਂਦੇ ਆ ਵੀ ਇਹ ਬੱਚੇ ਕਿੱਧਰ ਨੂੰ ਗਏ, ਕਿੱਥੇ ਗਏ। ਅਤੇ ਆਖਿਰਕਾਰ ਜਦੋਂ ਨਗੌਰ ਫਿਰ ਇਹਨਾਂ ਨੂੰ ਲਾ ਲਿਆ ਜਾਂਦਾ ਅਤੇ ਹੁਣ ਪਰਿਵਾਰ ਜਿਹੜਾ ਉਹ ਜਿੱਥੇ ਧੰਨਵਾਦ ਕਰ ਰਿਹਾ ਰਾਜਸਥਾਨ ਪੁਲਿਸ ਦਾ, GRP ਦਾ, RPF ਦਾ, ਅਤੇ ਪਰਿਵਾਰ ਹੁਣ ਇਹ ਵੀ ਮੰਨਦਾ ਵੀ ਬੱਚਿਆਂ ਦਾ ਕਹਿਣਾ ਮੰਨ ਲੈਣਾ ਚਾਹੀਦਾ, ਜੇ ਉਹ ਛੁੱਟੀਆਂ ਉਹਨਾਂ ਨੂੰ ਹੋਈਆਂ ਨੇ ਤਾਂ ਉਹਨਾਂ ਨੂੰ ਛੁੱਟੀਆਂ ਦੇ ਵਿੱਚ ਆਰਾਮ ਕਰਨ ਦੇਣਾ ਚਾਹੀਦਾ, ਖੇਲਣ ਮਿਲਣ ਦੇਣਾ ਚਾਹੀਦਾ, ਧੱਕਾ ਨਹੀਂ ਕਰਨਾ ਚਾਹੀਦਾ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।